इन्हां दिनां दे विच एक मसला पूरी दुनिया दे विच छाया होया, मीडिया दे विच छाया होया। यह मसला हैगा जी कनेडा ते अमरीका दे विच सिखां नूं टारगेट करन दा। ते कनेडा अमरीका एक पासे हो गया ते भारत एक पासे हो गया, यानी कि इस तरह भी कह सकते हैं फाइव आइज एक पासे खड़ गई ते भारत एक पासे। वो कह रहे हैं कि भाई ये कतल जिहड़ा होया ये तुसीं करवाया, भारत नूं किया जा रहा है। भारत कहता है भी ये सारा कुछ असीं मुड्ढों रद्द करते हैं, साडा इहदे विच कोई हत्थ नहीं है, ना ही असीं इन्वैस्टिगेशन दे विच तुहाडा साथ देवांगे। सो साल डेढ़ साल ये मसला चलिया ते हुण कनेडा के अधिकारियों ने दिल्ली दे विच भारत के अधिकारियों नूं क्रेडिबल सबूत जिहड़े ने एविडेंस सी वो सौंप दित्ते आ। उन्होंने बाद मीडिया नूं भी कहा कि साडी वारी आपां जिहड़ा अपना फर्ज निभा दिता है, हुण इंडिया की वारी है। सो मसला गंभीर बन चुकिया। दोनों मुल्कों ने 6-6 डिप्लोमैट वापस भेज दिते, अपने 6 उन्होंने कट दिते, 6 उन्होंने कट दिते आ। सो अमरीका ने विक्रम यादव मंग लिया ते इधरों भारत ने संदीप सिंह नाम का एक कनेडियन पुलिस अफसर जिहड़ा हैगा वो वांटेड पा के मंग लिया कनेडा कोलों। मतलब कि जो वो कर रहे ने उहदे जवाब दे विच भारत भी जिहड़ा ये काम कर रहा। सो दिनों दिन रिलेशन जिहड़े ने वो खराब होंदे जा रहे हैं, क्योंकि कनेडियन फॉरन मिनिस्टर बीबी मलिना जियोली जिहड़ी है उन्होंने कहा कि असी इहदा जवाब जिहड़ा हैगा जरूर देंगे। यही गल जिहड़ी है जस्टिन ट्रूडो होरां ने भी दोहराई है, नाले फाइव आइज जिहड़े ने उन्होंने बयान भी आ गए हैं कि असी इस सारे मामले के विच कनेडा के नाल खड़े हुए हैं। सो आपां इस विषय के उत्ते गलबात करांगे, क्योंकि सिखां दे लई एक खास मसला हैगा, ਇਹਦੇ ਉੱਤੇ ਵਿਚਾਰ ਕਰਨੀ ਕੀ ਹੋਣਾ ਚਾਹੀਦਾ, ਕੀ ਹੋ ਰਿਹਾ, ਕਿਵੇਂ ਸਾਵਧਾਨੀਆਂ, ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ, ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਜੁੜ ਚੁੱਕੇ ਨੇ। ਆਓ ਗੱਲਬਾਤ ਕਰਦੇ ਹਾਂ ਭਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਸਾਹਿਬ, ਸਾਰਿਆ ਕੁਛ ਤੁਸੀਂ ਦੇਖ ਰਹੇ ਹੋ, ਮੀਡੀਆ ਰਿਪੋਰਟਾਂ ਆ ਰਹੀਆਂ, ਸੋਸ਼ਲ ਮੀਡੀਆ ਭਰਿਆ ਪਿਆ, ਵਾਸ਼ਿੰਗਟਨ ਪੋਸਟ ਵਰਗੀਆਂ ਵੱਡੀਆਂ ਅਖਬਾਰਾਂ ਜਿਹੜੀਆਂ ਨੇ, ਗਲੋਬਲ ਨਿਊਜ਼ ਭਰੀ ਪਈ ਹੈ, ਜਾਂ ਫਿਰ ਹੋਰ ਜਿਹੜੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਖਬਰਾਂ ਲੱਗ ਰਹੀਆਂ, ਹੈਡਲਾਈਨਸ ਆਈਆਂ ਹੋਈਆਂ ਪਹਿਲੇ ਸਫੇ ਦੇ ਉੱਤੇ ਲੱਗ ਰਹੀਆਂ। ਸੋ ਕਿਵੇਂ ਦੇਖਦੇ ਹੋ ਇਸ ਸਾਰੇ ਮਸਲੇ ਨੂੰ? ਹਾਂਜੀ ਭਾਈ ਸਾਹਿਬ, ਦੇਖੋ ਆਪਾਂ ਜੇ ਪਿੱਛੇ ਨੂੰ ਜਾਈਏ ਤਾਂ ਆਪਾਂ ਨੂੰ ਕਿੰਨੇ ਸਾਲ ਹੋ ਗਏ ਜਿਹੜਾ ਸਾਡੇ ਨਾਲ ਘਾਣ ਹੋਇਆ, ਧੱਕਾ ਹੋਇਆ, ਐਥਨਿਕ ਕਲੈਂਸਿੰਗ, ਜੈਨੋਸਾਈਡ ਕਹ ਲਓ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਅਟੈਕ ਕੀਤਾ, ਹੈਲੀਕਾਪਟਰ ਗਨਸ਼ਿਪਸ, ਕੈਮੀਕਲ ਵਾਰਫੇਅਰ ਤੇ 40 ਸਾਲ ਆਪਾਂ ਰੌਲਾ ਪਾਉਂਦੇ ਰਹੇ। ਦੇਖੋ ਸਾਡੇ ਨਾਲ ਆਹ ਹੋਇਆ, ਸਾਨੂੰ ਇਨਸਾਫ ਚਾਹੀਦਾ। ਤੇ ਉੱਥੇ ਤਾਂ ਆਪਾਂ ਨੂੰ ਕੀ ਮਿਲਣਾ ਸੀ, ਪਰ ਆਹ ਬੜੀ ਅਜੀਬ ਜੀ ਸਿਚੁਏਸ਼ਨ ਬਣ ਗਈ ਆ ਕਿ ਪਾਕਿਸਤਾਨ, ਕੈਨੇਡਾ, ਅਮਰੀਕਾ, UK ਜਾਂ ਤਾਂ ਹੱਤਿਆਵਾਂ ਹੋਈਆਂ, ਅਸੈਸੀਨੇਸ਼ਨ ਹੋਏ, ਜਾਂ ਪਲੈਨਿੰਗ ਚੱਲ ਰਹੀ ਸੀ। ਸੋ ਬਾਲੀ ਲੰਬੀ ਨਾ ਸਟੋਰੀ ਕਰੀਏ ਤਾਂ ਹੁਣ ਤੁਹਾਡੇ ਦਰਸ਼ਕਾਂ ਨੂੰ ਮੋਸਟਲੀ ਤਾਂ ਪਤਾ ਲੱਗ ਹੀ ਗਿਆ। ਹੁਣ ਕੀ ਹੋਇਆ ਕਿ ਜਦੋਂ ਟਰੂਡੋ ਸਾਲ ਕੁ ਪਹਿਲਾਂ ਹਾਊਸ ਆਫ ਕਾਮਨਸ ਖੜ ਕੇ ਜੋ ਲੋਕਾਂ ਨੂੰ ਦੱਸਿਆ, ਪੋਲੀਟੀਸ਼ੀਅਨਸ ਨੂੰ ਦੱਸਿਆ ਕਿ ਦੇਖੋ ਅਸੀਂ ਇੰਡੀਅਨ ਸਰਕਾਰ ਨੂੰ ਇੱਦਾਂ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਆਹ ਹੋਇਆ ਵੀ ਸਾਡਾ ਇੱਕ ਸਿਟੀਜ਼ਨ ਮਾਰ ਦਿੱਤਾ ਗਿਆ, ਸਾਨੂੰ ਸ਼ੱਕ ਆ ਕਿ ਇਹਦੇ 'ਚ ਇੰਡੀਆ ਦਾ ਹੱਥ ਹੈ। ਉਦੋਂ ਦਾ ਬੜਾ ਬੁਰਾ ਸਲੂਕ ਆਇਆ ਸੀਗਾ ਇੰਡੀਆ ਵੱਲੋਂ। ਤੇ ਜਦੋਂ ਪਰ ਅਮਰੀਕਾ ਸਟੈਪ ਇਨ ਹੋਇਆ ਵੀ ਹਾਂ ਭਾਈ ਵੀ ਇਹਦੇ ਕੋਆਪਰੇਟ ਕਰੋ ਕੈਨੇਡਾ ਨਾਲ, ਉਦੋਂ ਥੋੜ੍ਹੇ ਜਿਹੇ ਟੋਨ ਚੇਂਜ ਹੋਈ ਸੀ। ਤੇ ਹੁਣ ਦੇਖੋ ਸਾਲ ਲਾਇਕ ਐਸੇ ਨਿਕਲ ਗਿਆ ਤੇ ਹੁਣ ਕੀ ਹੋਇਆ ਕਿ ਹੋਰ ਵੀ ਪ੍ਰੈਸ਼ਰ ਬਿਲਡ ਹੋ ਰਿਹਾ ਦੇਖਣ ਨੂੰ ਲੱਗਦਾ ਹੋਊਗਾ ਆਪਾਂ ਨੂੰ, ਉਹਨਾਂ ਨੂੰ ਵੀ, ਸਰਕਾਰਾਂ ਨੂੰ ਵੀ ਲੱਗਦਾ ਹੋਊ ਵੀ ਖਣੀ ਇਹ ਸਲੋ ਹੋ ਜਾਣੀ ਹੈ ਚੀਜ਼, ਵੀ ਖਣੀ ਥਮ ਜਾਣੀ ਹੈ, ਪਰ ਉਹਨਾਂ ਨੂੰ ਐਕਚੁਅਲੀ ਐਵੀਡੈਂਸ ਹੱਥ 'ਚ ਆ ਗਿਆ। ਮੈਨੂੰ ਐਂ ਲੱਗਦਾ, ਜੇ ਤੁਸੀਂ ਮੇਰਾ ਪਰਸਨਲ ਓਪੀਨੀਅਨ ਪੁੱਛੋ, ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਟ੍ਰੇਡ ਲਈ ਜਾਂ ਆਪਦੀ ਰਿਲੇਸ਼ਨਸ਼ਿਪ ਰੱਖਣ ਲਈ ਇਹ ਕਰ ਸਕਦੀਆਂ ਆਪਣੇ ਨਾਲ ਇਹ ਜਿਹਾ ਕੁਛ ਵੀ ਚਲੋ ਚੱਲੀ ਜਾਣ ਦੋ। ਇੱਥੇ UK 'ਚ ਵੀ ਸ਼ਾਇਦ ਇੱਦਾਂ ਹੀ ਚੱਲ ਰਿਹਾ, ਪਰ ਜਦੋਂ ਇਹ ਫਿਰ ਬੰਦੇ ਮਾਰਨ ਲੱਗ ਗਏ, ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਡੀ ਧਰਤੀ ਤੇ ਆ ਕੇ ਆਹ ਕੁਛ ਕਰਨਾ, ਸਾਡੀ ਸੋਵਰਿਨਿਟੀ ਨੂੰ ਇਹ ਥ੍ਰੈਟ ਆ। ਸੋ ਇਹ ਇਸ ਰੀਜ਼ਨ ਕਰਕੇ ਇਹ ਹਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ, ਇੰਡਾਈਟਮੈਂਟਸ ਹੋ ਰਹੇ, ਚਾਰਜਸ ਲੱਗ ਰਹੇ, ਪ੍ਰਿਜ਼ਨ ਜਿਹੜੇ ਇਨਵੈਸਟੀਗੇਸ਼ਨ ਤਾਂ ਹਾਈਐਸਟ ਲੈਵਲ ਤੁਸੀਂ ਕਹਿ ਸਕਦੇ ਆ, ਫੋਰਨ ਮਿਨਿਸਟਰ ਅਮਿਤ ਸ਼ਾਹ, ਈਵਨ ਤੁਸੀਂ ਕਹਿ ਸਕਦੇ ਆ PM ਦੇ ਆਫਿਸ ਤੱਕ ਇਹ ਸ਼ਾਇਦ ਇਨਵੈਸਟੀਗੇਸ਼ਨ ਜਾ ਪੁੱਜੇ। ਸੋ ਆਪਣੇ ਲਈ ਇਸ ਚੀਜ਼ ਨੂੰ ਆਪਾਂ ਨੂੰ ਇਨਵੈਸਟੀਗੇਸ਼ਨ ਤੌਰ ਤੇ ਆਪਾਂ ਨੂੰ UK ਤੌਰ ਤੇ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਵੀ ਗਵਰਨਮੈਂਟ ਵੀ, ਪੁਲਿਸ ਵੀ, ਜਿਹੜੀਆਂ ਏਜੰਸੀਆਂ ਇਹਨੂੰ ਸੀਰੀਅਸਲੀ ਲੈਣ, ਕਿਉਂਕਿ ਜੇ ਹੋਰ ਕੰਟਰੀਆਂ 'ਚ ਹੋ ਰਿਹਾ ਇੱਥੇ ਵੀ ਹੋ ਰਿਹਾ ਹੋਵੇਗਾ। ਜੀ ਜੀ ਜੀ, ਅੱਛਾ, ਇੱਕ ਗੱਲ ਜਿਹੜੀ ਹੈ ਹੁਣ ਬਹੁਤ ਗੰਭੀਰ ਵੀ ਹੈਗੀ ਹੈ, ਇਹ ਸੋਚਣ ਵਾਲੀ ਹੈ ਗੱਲ ਕਿ ਇਹ ਹੋ ਕਿਉਂ ਰਿਹਾ ਇਹ ਸਾਰਾ ਕੁਛ। ਜੇ ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਵੀ ਗੱਲ ਕਰਦੇ ਹਾਂ ਤੇ ਉਹ ਇੱਕ ਪਲੰਬਰ ਦੇ ਤੌਰ ਤੇ ਕੰਮ ਕਰਦੇ ਸੀ, ਆਪਣੀ ਜ਼ਿੰਦਗੀ ਗੁਜ਼ਾਰਦੇ ਸੀ, ਤੇ ਉਹਨਾਂ ਦਾ ਕਤਲ ਹੋ ਜਾਂਦਾ। उस तो बाद होर भी घरां दे उत्ते गोलियां चलदियां ते हैरानी दी वड्डी गल जिहड़ी है जस्टिन ट्रूडो ने जिहड़ा नाम लिया लॉरेंस बिश्नोई गैंग ये जिक्र जिवें हू बहू ये वर्ड बोले ने उन्हें कहा कि ओहदा साथ लैके ते इत्थे काम करवाया जा रहा मतलब कि सिखां दे घरां दे उत्ते गोलियां भी चलियां ते उस तो बाद कुछ होर कतल भी जिहड़े होए ने जां फिर लुट्टां खोहां ये सारा कुछ किते ना किते उन्होंने कहा कि भाई इस तरीके नाल चलाया जा रहा। सो मतलब कहण दा भी सिख जिहड़े ने फिर वो कैनेडा दे विच भी सेफ नहीं है तुहाडे मुताबिक? सो देखो ये तो आप देख लिया कि वर्ल्ड वाइड ही सिख सेफ नहीं गए जिहड़े वोकल सिख है जिहड़े इंसाफ पसंद सिख ने जिहड़ी आवाज चकदे आ क्योंकि आवाज चकण वाले थोड़े ही हुंदे आ। सो ये मैसेज पहुंचाया गया अपने ਆਹ ਜਿਹੜੇ ਨੀ ਉਹ ਹਿਟ ਲਿਸਟ ਬਣਾਈ ਸੀਗੀ ਟੀਵੀ ਚੈਨਲ ਤੇ ਪਲੇ ਕੀਤੀ ਗਈ ਸੀ ਇਹ NIA ਵੱਲੋਂ ਇਹ ਮੈਸੇਜ ਭੇਜਿਆ ਗਿਆ ਕਿ ਸਾਨੂੰ ਪਤਾ ਅਸੀਂ ਕਰ ਸਕਦੇ ਹਾਂ ਆਹ ਦੇਖੋ ਅਸੀਂ ਕੀਤਾ। ਸੋ ਇਹ ਚੀਜ਼ ਮੈਸੇਜ ਇਹ ਸੀ ਪਰ ਮੈਨੂੰ ਲੱਗਦਾ ਸ਼ਾਇਦ ਇਹਨਾਂ ਦਾ ਥੋੜਾ ਕੁਛ ਹੱਦ ਤੱਕ ਸਲੋ ਹੋ ਗਿਆ ਹੋਵੇ ਬਾਹਰਲੇ ਮੁਲਕਾਂ 'ਚ ਕਿਉਂਕਿ ਇਨਵੈਸਟੀਗੇਸ਼ਨਾਂ ਚੱਲਣ ਲੱਗ ਪਈਆਂ। ਜੇ ਹੁਣ ਅਵਤਾਰ ਸਿੰਘ ਖੰਡੇ ਦੇ ਜੇ ਆਪਾਂ ਗੱਲ ਕਰੀਏ ਉਹਦੇ ਚੋਂ ਵੀ ਅਸੀਂ ਇੱਥੇ ਸੀਨੀਅਰ ਪੁਲਿਸ ਅਫੀਸ਼ੀਅਲਸ ਨਾਲ ਮੀਟਿੰਗਾਂ ਕੀਤੀਆਂ ਸਾਰਾ ਕੁਛ ਉਹਦੇ ਚੋਂ ਫਿਰ ਵੀ ਚੱਜ ਦਾ ਕੋਈ ਛਿੱਟਾ ਨਹੀਂ ਨਿਕਲਿਆ ਵਨਾ ਸਹੀ ਹਾਈ ਲੈਵਲ ਜਿੱਦਾਂ ਨਹੀਂ ਜਿਹੜੇ ਵੈਸਟ ਮਿਡਲੈਂਡਸ ਮੋਸਟ ਸੀਨੀਅਰ ਪੁਲਿਸ ਨਾਲ ਤੁਸੀਂ ਕਹਿ ਸਕਦੇ ਹੋ ਅਸੀਂ ਬਹਿ ਕੇ ਗੱਲਾਂ ਕੀਤੀਆਂ ਵੀ ਆਹ ਦੇਖੋ ਇਨਵੈਸਟੀਗੇਟ ਕਰੋ ਇਹ ਕੱਢੋ ਇਹਦੇ ਚ ਕੁਛ ਤੇ ਉਹਨਾਂ ਨੇ ਜਿਹੜੀਆਂ ਆਪਾਂ ਐਵੀਡੈਂਸ ਵੀ ਦਿੱਤਾ ਉਹਨੂੰ ਵੀ ਇਦਾਂ ਕਰਤਾ ਵੀ ਇਹਦੇ ਚ ਕੁਛ ਹੈ ਨੀ ਗਾ। ਸੋ ਜਿੰਨੇ ਚਿਰ ਪੋਲੀਟੀਸ਼ੀਅਨ ਗਵਰਨਮੈਂਟ ਤੇ ਜਿਹੜੀਆਂ ਏਜੰਸੀਆਂ ਉਹ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੀਆਂ ਉਹਨੇ ਚਿਰ ਆਪਣੇ ਸਿੱਖਾਂ ਨੇ ਪੰਜਾਬੀਆਂ ਨੇ ਸੇਫ ਨਹੀਂ ਫੀਲ ਕਰਨਾ। ਪਰ ਮੈਂ ਇੱਕ ਹੋਰ ਗੱਲ ਭਾਈ ਸਾਹਿਬ ਕਹਿਣਾ ਚਾਹੁੰਦਾ ਕਿ ਜਿੱਥੇ ਆਪਾਂ ਸਿੱਖਾਂ ਦੀ ਵੀ ਗੱਲ ਕਰਦੇ ਹਾਂ ਇਹ ਜਿਹੜਾ ਪਤਾ ਨਹੀਂ ਇਹਨਾਂ ਦਾ ਦਾਇਰਾ ਕਿੱਡਾ ਵੱਡਾ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਕੌਸ਼ਕਦੈਣੀ ਹੋਏ ਆ ਜਿਹੜੇ ਬਾਲੀਵੁੱਡ ਦੀ ਆਪਾਂ ਘੱਟ ਗੱਲ ਕਰਦੇ ਹੁੰਦੇ ਪਰ ਸਲਮਾਨ ਖਾਨ ਦੇ ਜਿਹੜੇ ਨਜ਼ਦੀਕੀ ਸੀਗੇ ਸ਼ਾਇਦ ਬਾਬਾ ਸਦੀਕੀ ਸ਼ਾਇਦ ਉਹਨਾਂ ਨੂੰ ਕਹਿੰਦੇ ਤੇ ਉਹ ਵੀ ਕਹਿੰਦੇ ਤਕੜੇ ਪੋਲੀਟੀਸ਼ੀਅਨ ਸੀ ਤੇ ਉਹਨਾਂ ਨੂੰ ਵੀ ਅਸੈਸੀਨੇਟ ਕਰਤਾ ਤੇ ਉਹ ਵੀ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਪਿੰਨ ਕੀਤਾ। ਸੋ ਇਹ ਲੱਗਦਾ ਕਿ ਇਹਨਾਂ ਦੀ ਇਹ ਪਤਾ ਨਹੀਂ ਹਿਟਮੈਨ ਦੀ ਆਰਮੀ ਆ ਇਹਨਾਂ ਦੇ ਥਰੂ ਕਰਾਉਂਦੇ ਜੇ ਕਿਤੇ ਵੀ ਫੜ ਵੀ ਹੋ ਜਾਣ ਫਿਰ ਅਸੀਂ ਕਹਿ ਦਾਂਗੇ ਵੀ ਇਹ ਤਾਂ ਗੈਂਗਸਟਰ ਆ। ਦੇਖੋ ਭਾਈ ਅਮਰਪਾਲ ਸਿੰਘ ਨੂੰ ਅੰਦਰ ਕਰਤਾ ਕਹਿੰਦੇ ਨੇ ਪੁਲਿਸ ਸਟੇਸ਼ਨ ਨੂੰ ਅਟੈਕ ਕੀਤਾ ਜੋ ਵੀ ਆ ਹਾਲਾਂਕਿ ਉਹ ਤੁਸੀਂ ਕਹਿ ਸਕਦੇ ਹੋ ਵੀ ਹਾਂ ਪ੍ਰੋਟੈਸਟ ਰੂਪ ਚ ਉੱਥੇ ਗਏ ਸੀਗੇ ਹਨਾ ਸੰਗਤ ਰੂਪ ਵੀ ਮਹਾਰਾਜ ਵੀ ਨਾਲ ਸੀਗੇ ਤੇ ਪਰ ਇੱਕ ਬੰਦਾ ਦੇਖੋ ਜੇਲ੍ਹ ਦੇ ਵਿੱਚੋਂ ਲਾਈਵ ਪ੍ਰੋਗਰਾਮ ਕਰ ਜਾਂਦਾ ਉਹਦੇ ਤੇ ਕੋਈ ਹੈ ਨਹੀਂਗਾ। ਸੋ ਇਹ ਜਿਹੜਾ ਲੋਅਰ ਐਂਡ ਆਰਡਰ ਦਾ ਜਿੱਦਾਂ ਜੋਕ ਬਣਾਇਆ ਜਾ ਰਿਹਾ ਤੇ ਇਹ ਵੀ ਹੋ ਸਕਦਾ ਜਿੱਦਾਂ ਡਰਾਮਾ ਹੀ ਕੀਤਾ ਜਾ ਰਿਹਾ ਹੋਵੇ ਕਿ ਇਹ ਬੰਦਾ ਜੇਲ੍ਹ 'ਚ ਬੈਠਾ ਤੇ ਵੀ ਯੂ ਨੋ ਇਹਨੂੰ ਹੋਰ ਅਸੀਂ ਕੀ ਕਰਦੀ ਪਹਿਲਾਂ ਹੀ ਜੇਲ੍ਹ 'ਚ ਬੈਠਾ ਤੇ ਹੋ ਸਕਦਾ ਐਕਚੁਅਲੀ ਕਰ ਹੀ ਨਹੀਂ ਰਿਹਾ ਕੁਛ ਹੋ ਸਕਦਾ ਫੇਕ ਨੇਮ ਹੀ ਜਾਨੀ ਮੋਹਰਾ ਹੀ ਬਣਾ ਕੇ ਵਰਤਿਆ ਜਾ ਰਿਹਾ ਹੋਵੇ ਤੇ ਜਿਹੜੀ ਐਕਚੁਅਲੀ ਹਿਟਮੈਨ ਹੋਣ ਹੀ ਇਹਨਾਂ ਦੇ ਆਪ ਹੀ ਡਾਇਰੈਕਸ਼ਨ ਦਿੰਦੇ ਹੋਣ। ਸੋ ਜੋ ਵੀ ਹੋ ਰਿਹਾ ਬਹੁਤ ਸੀਰੀਅਸ ਹੋ ਰਿਹਾ ਤੇ ਇਹਦੇ ਨਾਲ ਜਿੱਦਾਂ ਰਸ਼ਾ ਬਾਰੇ ਇਹ ਬਾਹਰਲੀਆਂ ਕੰਟਰੀਆਂ ਸੋਚਦੇ ਸੀ ਉਦਾਂ ਦਾ ਐਟੀਟਿਊਡ ਕਹਿ ਲਓ ਉਦਾਂ ਦੀ ਸੋਚ ਬਣ ਰਹੀ ਆ ਬਾਹਰਲੇ ਮੁਲਕਾਂ ਦੀ। ਕੈਨੇਡਾ ਦੇ ਵਿੱਚ ਰਹਿਣ ਵਾਲੇ ਕੁਝ ਭਾਰਤੀ ਜਿਹੜੇ ਨੇ ਹਿੰਦੂ ਭਰਾ ਸਾਡੇ ਜਿਹੜੇ ਉਹਨਾਂ ਦੇ ਵੀਡੀਓ ਟਿਕਟੌਕ ਤੇ ਵਾਇਰਲ ਹੁੰਦੀ ਹੈ ਉਹ ਕਹਿੰਦੇ ਵੀ ਆ ਜਿਹੜਾ ਐਕਸ਼ਨ ਲਿਆ ਗਿਆ ਮਤਲਬ ਕਿ ਭਾਰਤ ਵੱਲੋਂ ਜਾਂ ਫਿਰ ਜੋ ਕਹਿ ਰਹੇ ਨੇ ਜਿਵੇਂ ਕੈਨੇਡਾ ਕਹਿ ਰਿਹਾ ਉਸ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਵੀ ਇਹਦੇ ਨਾਲ ਕਹਿੰਦੇ ਵੀ ਸਾਡੀ ਵੀ ਇੱਥੇ ਬੇਇੱਜ਼ਤੀ ਜਿਹੜੀ ਆ ਹੋ ਰਹੀ ਹੈ ਦੁਨੀਆ ਲੈਵਲ ਦੇ ਉੱਤੇ ਕਹਿੰਦੇ ਵੀ ਸਾਡੀ ਜਿਹੜੀ ਇੱਕ ਰੈਪੂਟੇਸ਼ਨ ਸੀ ਉਹ ਖਰਾਬ ਹੋ ਰਹੀ ਹੈ। ਸੋ ਇਸ ਤਰ੍ਹਾਂ ਦੇ ਐਕਸ਼ਨ ਨਹੀਂ ਸੀ ਹੋਣੇ ਚਾਹੀਦੇ ਜੇਕਰ ਕੋਈ ਬੰਦਾ ਲੋੜੀਂਦਾ ਹੈਗਾ ਤੇ ਉਹ ਲੀਗਲੀ ਉਹਦੇ ਖਿਲਾਫ ਐਵੀਡੈਂਸ ਇਕੱਠੇ ਕਰੋ ਉਹਨਾਂ ਸਰਕਾਰਾਂ ਨੂੰ ਦਿਓ ਸਰਕਾਰਾਂ ਫਿਰ ਤੁਹਾਨੂੰ ਉਹ ਬੰਦਾ ਦੇਣਗੀਆਂ ਜੇ ਉਹਨਾਂ ਨੂੰ ਲੱਗਿਆ ਕਿ ਹਾਂ ਵਾਕਈ ਬੰਦਾ ਜਿਹੜਾ ਹੈਗਾ ਉਹ ਖਤਰਨਾਕ ਹੈ ਉਹਨੇ ਕੋਈ ਕਾਰਵਾਈਆਂ ਪਾਈਆਂ ਨੇ ਤੁਹਾਡੇ ਮੁਲਕ ਦੇ ਵਿੱਚ ਜਾਂ ਫਿਰ ਕੋਈ ਹੋਰ ਗੱਲਬਾਤ ਹੈਗੀ ਹੈ। ਪਰ ਉਹਨਾਂ ਨੇ ਕਿਹਾ ਵੀ ਆਹ ਜਿਹੜੀਆਂ ਚੀਜ਼ਾਂ ਹੈ ਉਹ ਜ਼ਿਕਰ ਕਰ ਰਹੇ ਸੀ ਵੀ ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਅਕਸ਼ੇ ਕੁਮਾਰ ਦੀ ਫਿਲਮ ਚੱਲ ਰਹੀ ਹੋਵੇ ਫਿਲਮਾਂ 'ਚ ਦਿਖਾਇਆ ਜਾਂਦਾ ਨਾ ਬਾਲੀਵੁੱਡ ਦੀਆਂ 'ਚ ਕਿ ਦੋ ਏਜੰਟ ਗਏ ਦੂਸਰੇ ਮੁਲਕ ਦੇ ਵਿੱਚ ਉਹਦੇ ਵਿੱਚ ਬੇਸ਼ੱਕ ਅਫਗਾਨਿਸਤਾਨ ਜਾਂ ਫਿਰ ਅਫਰੀਕਾ ਵਰਗੇ ਮੁਲਕ ਦਿਖਾਏ ਜਾਂਦੇ ਆ ਉੱਥੇ ਜਾ ਕੇ ਅਸੀਂ ਜੀ ਸਾਡੇ ਸਪਾਈਜ਼ ਜਿਹੜੇ ਸੀ ਉਹਨਾਂ ਨੇ ਬੰਦਾ ਮਾਰ ਦਿੱਤਾ ਏਜੰਟ ਮਾਰ ਦਿੱਤਾ ਜਾਂ ਹੋਰ ਕਰ ਦਿੱਤਾ। ਉਹ ਕਹਿੰਦੇ ਵੀ ਇਸੇ ਤਰੀਕੇ ਨਾਲ ਪ੍ਰੈਕਟੀਕਲ ਰੂਪ ਸ਼ਾਇਦ ਬਾਲੀਵੁੱਡ ਤੋਂ ਪ੍ਰੇਰਿਤ ਹੋ ਕੇ ਲਿਆ ਗਿਆ ਪਰ ਉਹਦੇ ਵਿੱਚ ਅਮਰੀਕਾ ਨੇ ਵੀ ਸਾਰਾ ਜਿਹੜਾ ਹੈਗਾ ਉਹਨੂੰ ਪਰਦਾਫਾਸ਼ ਕਰ ਦਿੱਤਾ ਕੈਨੇਡਾ ਨੇ ਵੀ ਕਰ ਦਿੱਤਾ। ਸੋ ਭਾਰਤੀ ਵੀ ਜਿਹੜੇ ਨੇ ਉਹ ਟਿਕਟੌਕ ਤੇ ਵੀਡੀਓ ਪਾ ਕੇ ਇਤਰਾਜ਼ ਜਤਾ ਰਹੇ ਨੇ ਕਿ ਭਾਈ ਸਾਡਾ ਵੀ ਇੱਥੇ ਰਹਿਣਾ ਮੁਹਾਲ ਹੋ ਗਿਆ ਸਾਡਾ ਤੇ ਸਿੱਖਾਂ ਦੇ ਨਾਲ ਕੋਈ ਤਾਂ ਰੌਲਾ ਨਹੀਂ ਸੀਗਾ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਤਾਂ ਬੜੇ ਆਰਾਮ ਨਾਲ ਰਹਿ ਰਹੇ ਸੀ ਪਰ ਆ ਜਿਹੜੀ ਹੋਈ ਹੈ उस तो बाद मंदिरों के उत्ते ग्रेफिटी हुई या होर सारा कुछ होया। सो किते ना किते आपसी जिहड़ी है वो तरेड़ भी आ गई है विदेश दे विच रहिंदे होए हिंदू सिख भाईचारे दे विच। भाई साहब देखो अपना जिहड़े आपां अरदास करदे आ डेली है ना सरबत दे भले दी अरदास करदे आ। सो सिख नहीं कदे तां अटैक करदा किसे नूं। तुसीं तुहानूं याद होवेगा शायद आस्ट्रेलिया होया सीगा कि मंदिर ते ग्रेफिटी कीती सी, बाद च इह निकलिया सी उन्हां ने आप ही करके जाण के सिखां नूं बदनाम करन दी कोशिश कीती सीगी। कई वारी इह वी चीज़ां हो जांदियां पर असीं फेर भी सारिआं नूं अपील करदे आ कि देखो इह जिहड़ियां ना सरकारां ਜਾਂ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਇਹ ਜਿਹੜੇ ਲੋਕਾਂ ਨੂੰ ਇੱਕ ਦੂਜੇ ਨਾਲ ਡਿਵਾਈਡ ਕਰਕੇ ਇੱਕ ਦੂਜੇ ਨਾਲ ਲੜਾ ਕੇ ਆਪਦੀਆਂ ਪ੍ਰਾਪਤੀਆਂ ਕਰਦੇ ਆ, ਪ੍ਰੋਫਿਟੀਅਰਿੰਗ ਕਰਦੇ ਆ। ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ। ਆਪਾਂ ਕਿਸੇ ਧਰਮ ਦੇ ਖਿਲਾਫ ਨਹੀਂ ਗਏ, ਆਪਾਂ ਨੂੰ ਬਸ ਸਾਰਿਆਂ ਲਈ ਇਕੁਐਲਿਟੀ ਤੇ ਫੇਅਰਨੈਸ ਸਾਰਿਆਂ ਲਈ ਸੇਮ ਚਾਹੀਦੀ ਹੈ ਅਕ੍ਰੋਸ ਦ ਬੋਰਡ। ਕੋਈ ਇਦਾਂ ਨਹੀਂ ਫੀਲ ਹੋਣਾ ਚਾਹੀਦਾ ਵੀ ਅਸੀਂ ਸੈਕੰਡ ਕਲਾਸ ਸਿਟੀਜ਼ਨ ਆ, ਭਾਵੇਂ ਉਹ ਮਾਈਨੋਰਿਟੀ ਹੋਵੇ ਜਾਂ ਮੈਜੋਰਿਟੀ ਹੋਵੇ। ਸਾਰਿਆਂ ਲਈ ਲੋ ਵੀ ਸੇਮ ਹੋਣਾ ਚਾਹੀਦਾ, ਰੂਲ ਵੀ ਸੇਮ ਹੋਣੇ ਚਾਹੀਦੇ ਆ। ਤੇ ਆਉਂਦੇ ਦਿਨਾਂ ਦੇ ਵਿੱਚ ਜੀ ਆਉਂਦੇ ਦਿਨਾਂ ਦੇ ਵਿੱਚ ਕੀ ਦੇਖਦੇ ਹੋ ਰਿਲੇਸ਼ਨ ਕਿੱਧਰ ਨੂੰ ਜਾ ਰਹੇ ਨੇ, ਕੀ ਸਿੱਟਾ ਕੀ ਨਿਕਲੂਗਾ? ਸੋ ਸਿੱਟਾ ਤਾਂ ਇਹ ਨਿਕਲ ਰਿਹਾ ਹਜੇ ਤਾਂ ਜਿਹੜੇ ਕੈਨੇਡਾ ਦੀ ਗੱਲ ਜੇ ਆਪਾਂ ਕਰੀਏ ਜਿਹੜੀ ਉਹ ਗਵਰਨਮੈਂਟ ਟੂ ਗਵਰਨਮੈਂਟ ਆ ਉਹ ਤਾਂ ਬਹੁਤ ਟਾਈਮ ਹੋ ਗਿਆ ਪਹਿਲਾਂ ਵੀ ਸ਼ਾਇਦ ਖਰਾਬ ਹੀ ਚੱਲ ਰਹੀ ਸੀ ਰਿਲੇਸ਼ਨਸ਼ਿਪ ਤੇ ਜਿਹੜੇ ਰਿਸਪੌਂਸਿਸ ਵੀ ਬਹੁਤ ਖਰਾਬ ਆ ਰਹੀਆਂ ਸੀ। ਪਰ ਇਹ ਬਹੁਤਾ ਟਾਈਮ ਨਹੀਂ ਮੈਨੂੰ ਲੱਗਦਾ ਇਦਾਂ ਭੱਜ ਸਕਦੇ। ਜੇ ਇਹਨੂੰ ਨਿਪ ਇਨ ਦਾ ਬੱਡ ਕਹਿੰਦੇ ਇੰਗਲਿਸ਼ 'ਚ ਵੀ ਜਦੋਂ ਚੀਜ਼ ਨਿਕਲੇ ਉਦੋਂ ਹੀ ਕਰ ਦੇਣੀ ਚਾਹੀਦੀ। ਇਹਨਾਂ ਨੇ ਕੀਤੀ ਨਹੀਂ ਨਾ, ਕੀਤੀ ਤਾਂ ਨਹੀਂ ਬਿਕਾਜ਼ ਇਹਦਾ ਜੇ ਰੈਜ਼ੋਲੂਸ਼ਨ ਕੱਢਦੇ ਆ ਉਹ ਫਿਰ ਉਹੀ ਪ੍ਰੋਬਲਮਾਂ ਪੈ ਜਾਂਦੀਆਂ ਵੀ ਮੰਨਣਾ ਪਊ। ਹਾਂ ਭਾਈ ਅਸੀਂ ਹੋਈ ਇਹਨਾਂ ਬੰਦਿਆਂ ਨੂੰ ਭੇਜੇ ਸੀਗੇ ਇਨਸਟਰਕਸ਼ਨਸ ਵੀ ਤੁਸੀਂ ਆਹ ਤੁਹਾਡੀ ਜੌਬ ਆ, ਕੰਟਰੈਕਟ ਭੇਜੇ ਸੀ ਜੋ ਵੀ ਆ। ਸੋ ਪ੍ਰੋਬਲਮ ਇਹ ਆ ਮੈਨੂੰ ਲੱਗਦਾ ਫਸ ਗਏ ਆ ਜਿਹੜੇ ਡਿਪਾਰਟਮੈਂਟ ਗਵਰਨਮੈਂਟ ਡਿਪਾਰਟਮੈਂਟ ਹੀ ਆ ਨਾ ਇੰਡੀਆ ਦੇ ਜਾਂ ਏਜੰਸੀਆਂ ਉਹ ਜਾਂ ਜਿਹੜੇ ਐਕਚੁਅਲ ਫੋਰਨ ਆਫਿਸ ਕੋਈ ਕਹਿ ਲਓ ਉਹ ਸੀਨੀਅਰ ਅਫੀਸ਼ੀਅਲਸ ਹੀ ਫਸਦੇ ਆ ਹੁਣ ਭਾਵੇਂ ਪੋਲੀਟੀਸ਼ੀਅਨ ਜਿਹੜੇ ਸੀਨੀਅਰ ਆ। ਸੋ ਜੋ ਵੀ ਹੋ ਰਿਹਾ ਬਹੁਤ ਇੰਟਰਸਟਿੰਗ ਆ ਪਰ ਆਪਾਂ ਨੂੰ ਇੱਥੇ ਵੀ ਪ੍ਰੈਸ਼ਰ ਪਾ ਕੇ ਰੱਖਣਾ ਚਾਹੀਦਾ ਪੋਲੀਟੀਸ਼ਨਾਂ ਤੇ ਗਵਰਨਮੈਂਟ ਤੇ ਵੀ ਤੁਸੀਂ ਸਾਡਾ ਵੀ ਜਿਹੜੀ ਸੇਫਟੀ ਆ ਇੰਸ਼ੋਰ ਕਰੋ। ਬਹੁਤ ਧੰਨਵਾਦ ਭਾਈ ਸਾਹਿਬ ਆਪਣੇ ਕੀਮਤੀ ਵਿਚਾਰ ਦੇਣ ਦੇ ਲਈ। ਥੈਂਕ ਯੂ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।